ਦਿੱਲੀ ਦੇ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ਤੇ ਸਮਾਗਮ ਦਾ ਆਯੋਜਨ ਹੋਇਆ। ਇਸ ਦੌਰਾਨ ਉਦਯੋਗਿਕ ਸੰਗਠਨ ਲਘੂ ਉਦਯੋਗ ਸੰਘ ਦੇ ਵੱਲੋਂ ਲੇਬਰ ਡੇ ਦੇ ਮੌਕੇ ਤੇ ਗਰਮਜੋਸ਼ੀ ਦੇ ਨਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸੰਗਠਨ ਦੇ ਵੱਲੋਂ ਆਖਿਆ ਗਿਆ ਕਿ ਉਦਯੋਗ ਵੀ ਤਾਂ ਹੀ ਕੰਮ ਕਰ ਸਕਦੇ ਨੇ ਜੇਕਰ ਮਜ਼ਦੂਰ ਹੋਣਗੇ। ਮਜ਼ਦੂਰਾਂ ਤੋਂ ਬਿਨਾਂ ਨਾ ਤਾਂ ਉਦਯੋਗ ਚੱਲ ਸਕਦੇ ਨੇ ਤੇ ਨਾ ਹੀ ਕੋਈ ਦੁਕਾਨ ਚੱਲ ਸਕਦੀ ਹੈ। ਬੱਦੀ ਪੁਲ ਤੇ ਇਸ ਮੌਕੇ ਸਮਾਗਮ ਰੱਖਿਆ ਗਿਆ, ਜਿਸ ਦੌਰਾਨ ਪ੍ਰਦੇਸ਼ ਦੇ ਮਹਾ ਮੰਤਰੀ ਅਨਿਲ ਮਲਕ ਦੀ ਅਗਵਾਈ ਦੇ ਵਿੱਚ ਮਜ਼ਦੂਰਾਂ ਨੂੰ ਲੱਡੂ ਵੰਡੇ ਗਏ ਤੇ ਗਲੇ ਦੇ ਵਿੱਚ ਹਾਰ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਹੀ ਮਜ਼ਦੂਰਾਂ ਦੇ ਵਿੱਚ ਜਾਗਰੂਕਤਾ ਲਿਆਉਣ ਦੇ ਲਈ ਭਾਸ਼ਣ ਵੀ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਇਹ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਮਜ਼ਦੂਰ ਸੇਵਾ ਕੇਂਦਰ ਸਰਕਾਰੀ ਤੌਰ ਤੇ ਸਥਾਪਿਤ ਕਰੇ ਤਾਂ ਜੋ ਮਜ਼ਦੂਰ ਤੇ ਇਹਨਾਂ ਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਹੋ ਸਕੇ। ਇਸ ਮੌਕੇ ਲਘੂ ਉਦਯੋਗ ਸੰਘ ਦੇ ਚੇਅਰਮੈਨ ਵਿਚਿੱਤਰ ਸਿੰਘ ਪਟਿਆਲ, ਇਸ ਦੇ ਨਾਲ ਹੀ ਐਡਮਿਨ ਮੈਨੇਜਰ ਵੀ ਮੌਕੇ ਤੇ ਮੌਜੂਦ ਰਹੇ ਨੇ। ਉਹਨਾਂ ਦੇ ਵੱਲੋਂ ਮਜ਼ਦੂਰਾਂ ਨੂੰ ਹਾਰ ਪਵਾ ਕੇ ਜਿੱਥੇ ਸਨਮਾਨਿਤ ਕੀਤਾ ਗਿਆ ਹੈ ਤਾਂ ਇਸ ਦੌਰਾਨ ਮਜ਼ਦੂਰ ਦਿਵਸ ਦੇ ਮੌਕੇ ਤੇ ਲੱਡੂ ਵੰਡੇ ਗਏ। ਮੈਂ ਕਾਲੀਦਾਸ ਸ਼ਰਮਾ, ਲਘੂ ਉਦਯੋਗ ਸੰਘ ਕਾਰਿਆਲੇ ਪ੍ਰਭਾਰੀ। ਅੱਜ ਯਹਾਂ ਪੇ ਹਮ ਪੁਲ ਕੇ ਜੋ ਕਰਮਚਾਰੀ ਕਾਮ ਕਰ ਰਹੇ ਹੈ ਉਸਕੀ ਸਥਿਤੀ ਔਰ ਅੱਜ ਇੱਕ ਮਈ ਵਾਲੇ ਦਿਨ ਲੇਬਰ ਡੇ ਵਾਲੇ ਦਿਨ ਜੋ ਹੈ ਹਮ ਇਨਕਾ ਜੋ ਹੈ ਸਨਮਾਨ ਕਰਨੇ ਕੇ ਲੀਏ ਯਹਾਂ ਪੇ ਆਏ ਹੋਏ ਹੈ। ਹਮਾਰੇ ਪ੍ਰਦੇਸ਼ ਅਧਿਆਪਕ ਅਸ਼ੋਕ ਰਾਣਾ ਜੀ ਨੇ ਇੱਕ ਆਹਵਾਨ ਕੀਤਾ ਥਾ ਕਿ ਇਹ ਪੁਲ ਜੋ ਹੈ ਜਲਦੀ ਸੇ ਜਲਦੀ ਬਣਨਾ ਚਾਹੀਏ। ਉਸਕੇ ਬਾਅਦ ਜੋ ਹੈ ਪਟੇਲ ਕੰਪਨੀ ਨੇ ਸੀਗਰਤਾ ਦਿਖਾਤੇ ਹੋਏ ਜੋ ਉਸਨੇ ਬਹੁਤ ਅੱਛੇ ਉਸੇ ਕਾਰਿਆ ਕੀਆ, ਸਭੀ ਮਜ਼ਦੂਰੋਂ ਨੇ ਮਿਹਨਤ ਸੇ ਕਾਰਿਆ ਕੀਆ। 4-5 ਦਿਨੋਂ ਮੇਂ ਇਹ ਜੋ ਹੈ ਪੁਲ ਕੰਟੀਨਿਊ ਸ਼ੁਰੂ ਹੋਣੇ ਵਾਲਾ ਹੈ ਔਰ ਇਹ ਮਜ਼ਦੂਰ ਆਜ ਮਜ਼ਦੂਰ ਦਿਵਸ ਹੈ, ਮਜ਼ਦੂਰ ਭਾਈਓਂ ਕਾ ਬਹੁਤ ਅੱਛਾ ਸਹਿਯੋਗ ਹੈ ਕਿਉਂਕਿ ਕਿਸੀ ਵੀ ਰਾਸ਼ਟਰ ਕੀ ਕਿਸੀ ਵੀ ਪ੍ਰਦੇਸ਼ ਕੀ ਉੱਨਤੀ ਮੇਂ ਮਜ਼ਦੂਰੋਂ ਕਾ ਸਭਸੇ ਬੜਾ ਹਾਥ ਰਹਿਤਾ ਹੈ। ਮਜ਼ਦੂਰ ਜਬ ਮਿਹਨਤ ਕਰਤਾ ਹੈ ਤਭੀ ਇਹ ਬੜੀ ਬੜੀ ਬਿਲਡਿੰਗੇ, ਬੜੇ ਬੜੇ ਪੁਲ, ਬੜੇ ਬੜੇ ਜੋ ਹੈ ਹਾਈਵੇ ਨਿਕਲਤੇ ਹੈ। ਤੋ ਆਜ ਹਮ ਇਨ ਸਭਕੇ ਸਨਮਾਨ ਮੇਂ ਯਹਾਂ ਪੇ ਆਏ ਹੋਏ ਹੈ। ਇਨਕਾ ਬਹੁਤ ਵਧੀਆ ਕਾਮ ਕਰਨੇ ਕੇ ਲੀਏ ਬਹੁਤ ਬਹੁਤ ਧੰਨਵਾਦ ਕਰਤਾ ਹੂੰ। ਮੈਂ ਲਘੂ ਉਦਯੋਗ ਸੰਘ ਕੇ ਪੂਰੇ ਜੋ ਹੈ ਸੰਗਠਨ ਕੀ ਤਰਫ ਸੇ ਬਹੁਤ ਬਹੁਤ ਧੰਨਵਾਦ ਕਰਤਾ ਹੂੰ।